ਅਸਕਲ ਕੀ ਹਾਲ ਮਾਨ ਸਾਹਿਬ ਹਾਂਜੀ ਠੀਕ ਹੋ ਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਬਿੰਡੇ ਵਿੱਚ ਆਏ ਹੋ ਵਿਚਾਰ ਲਿੱਤੇ ਆ ਬਜਟ ਆ ਰਿਹਾ 50 ਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਮਾਨ ਜੀ ਨੇ ਫੈਸਲਾ ਕੀਤਾ ਗਾ ਕਿ ਜਿਹੜਾ ਇਸ ਵਾਰ ਦਾ ਬਜਟ ਹੋਊਗਾ ਉਹ ਜਨਤਾ ਦਾ ਬਜਟ ਹੋਊਗਾ ਔਰ ਜਨਤਾ ਦਾ ਬਜਟ ਬਣਾਉਣ ਦੇ ਲਈ ਮੇਰੀ ਡਿਊਟੀ ਲਗਾਈ ਗਈ ਆ ਕਿ ਮੈਂ ਪੂਰੇ ਪੰਜਾਬ ਦੇ ਵਿੱਚ ਜਾਵਾਂ ਲੋਕਾਂ ਤੋਂ ਸੁਝਾਅ ਪ੍ਰਾਪਤ ਕਰਾਂ ਔਰ ਇਸ ਤੋਂ ਬਿਨਾਂ ਪੰਜਾਬ ਸਰਕਾਰ ਨੇ ਇੱਕ ਪੋਰਟਲ ਜਾਰੀ ਕੀਤਾ ਸਾਡੇ ਫਾਈਨਾਂਸ ਡਿਪਾਰਟਮੈਂਟ ਨੇ ਔਰ ਡਿਪਾਰਟਮੈਂਟ ਆਫ ਪੰਜਾਬ ਸਰਕਾਰ ਨੇ ਉੱਥੇ ਲੋਕ ਉਸ ਪੋਰਟਲ 'ਤੇ ਜਾ ਕੇ ਸੁਝਾਅ ਦੇ ਰਹੇ ਨੇਗੇ ਔਰ ਇਸ ਤੋਂ ਬਿਨਾਂ ਇਨ ਰਾਈਟਿੰਗ ਦੇ ਵਿੱਚ ਸੁਝਾਅ ਆ ਰਹੇ ਨੇਗੇ ਅਸੀਂ ਜਾ ਰਹੇ ਹਾਂ ਮੌਖਿਕ ਤੌਰ 'ਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਮੀਟਿੰਗ ਕਰ ਰਹੇ ਹਾਂ ਬਹੁਤ ਉਤਸ਼ਾਹ ਆ ਪੰਜਾਬ ਦੇ ਵਿੱਚ ਬਹੁਤ ਭਾਰੀ ਸੁਝਾਅ ਆ ਰਹੇ ਨੇਗੇ ਮੈਂ ਸਮਝਦਾ ਕਿ ਬਹੁਤ ਅੱਛਾ ਹੋ ਰਿਹਾ ਇਸ ਵਾਰ ਕਿ ਜਨਤਾ ਆਪਣਾ ਬਜਟ ਖੁਦ ਬਣਾ ਰਹੀ ਆ ਪੰਜਾਬ ਦੇ ਲੋਕ ਆਪਣਾ ਬਜਟ ਖੁਦ ਬਣਾ ਰਹੇ ਨੇਗੇ ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਤਰੱਕੀ ਕਿਵੇਂ ਹੋਣੀ ਆ ਸਾਰੇ ਪੰਜਾਬ ਦੇ ਲੋਕਾਂ ਨੇ ਪਿਛਲੇ 25 ਸਾਲ ਦਾ ਜਿਹੜਾ ਮਾੜਾ ਰਾਜ ਸੀਗਾ ਮਾੜਾ ਰਾਜ ਪ੍ਰਬੰਧ ਸੀਗਾ ਉਹ ਦੇਖਿਆ ਗਾ ਉਹਨੂੰ ਖਤਮ ਕਰਨ ਦੇ ਲਈ ਬਦਲਾਅ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਏਗੀ ਸਰ ਸਰਕਾਰ ਜਿਹੜੀ ਆ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ 100% ਖਰੇ ਉਤਰੂਗੀ ਔਰ ਜਿੰਨੀਆਂ ਵੀ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ ਉਹ 100% ਪੂਰੀਆਂ ਕੀਤੀਆਂ ਜਾਣਗੀਆਂ ਦੇਖੋ ਅੱਜ ਹੀ ਸਾਡੇ ਮੰਤਰੀ ਸਾਹਿਬਾਨ ਨੇ ਹੁਕਮ ਜਾਰੀ ਕੀਤਾ ਗਾ ਜਿਹੜੀ ਬਲੈਕ ਜਿੱਥੇ ਵੀ ਬਲੈਕ ਹੋ ਰਹੀ ਹੈ ਉਹ ਤੁਰੰਤ ਬੰਦ ਕੀਤੀ ਗਈ ਆ ਸੋ ਜਿਹੜਾ ਵੀ ਮਾਮਲਾ ਸਾਡੇ ਧਿਆਨ 'ਚ ਵਿੱਚ ਆਉਂਦਾ ਗਾ ਅਸੀਂ ਉਹਦੇ ਖਿਲਾਫ ਸਖ਼ਤ ਐਕਸ਼ਨ ਲੈ ਰਹੇ ਹਾਂ ਖਜ਼ਾਨਾ ਮੰਤਰੀ ਉਹ ਖਜ਼ਾਨੇ ਤੇ ਨਵਾਂ ਬੋਝ ਪਿਆ ਜੋ ਵਿਰੋਧੀ ਵੀ ਸਵਾਲ ਚੁੱਕ ਰਿਹਾ ਹੋਰ ਵੀ ਆਰਟੀਆਈ ਦੇ ਜ਼ਰੀਏ ਇਨਫੋਰਮੇਸ਼ਨ ਆਈ ਹੈ ਕਿ 45 ਲੱਖ ਰੁਪਇਆ ਭਗਵੰਤ ਮਾਨ ਜੋ ਪ੍ਰਾਈਵੇਟ ਜੈਟ 'ਤੇ ਗਏ ਨੇ ਗੁਜਰਾਤ ਚੋਣ ਪ੍ਰਚਾਰ ਕੀਤਾ ਪਾਰਟੀ ਦਾ ਦੇਖੋ ਮਾਨ ਸਾਹਿਬ ਨੇ ਜਿੰਨੇ ਪੰਜਾਬ ਦੇ ਹੱਕ 'ਚ ਫੈਸਲੇ ਕੀਤੇ ਨੇਗੇ ਲਗਾਤਾਰ ਪੰਜਾਬ ਦੇ ਪੰਜਾਬੀਆਂ ਦੇ ਹੱਕ ਵਿੱਚ ਮਾਨ ਸਾਹਿਬ ਫੈਸਲਾ ਕਰ ਰਹੇ ਨੇ ਔਰ ਵਿਰੋਧੀਆਂ ਕੋਲ ਕਹਿਣ ਨੂੰ ਕੁਛ ਨਹੀਂ ਸੋ ਇਸ ਤਰ੍ਹਾਂ ਦੇ ਛੋਟੀਆਂ ਛੋਟੀਆਂ ਗੱਲਾਂ ਨੂੰ ਉਛਾਲ ਰਹੇ ਨੇਗੇ ਪੰਜਾਬ ਦੇ ਲੋਕਾਂ ਨੇ ਉਹਨਾਂ ਵਿਰੋਧੀਆਂ ਦਾ 25 ਸਾਲ ਦਾ ਮਾੜਾ ਰਾਜ ਦੇਖਿਆ ਗਾ ਪਿਛਲੇ 5 ਸਾਲ ਬੁਰੀ ਤਰ੍ਹਾਂ ਪੰਜਾਬ ਨੂੰ ਬਰਬਾਦ ਕੀਤਾ ਗਾ ਪੰਜਾਬ ਦੀ ਇਕਨੋਮੀ ਨੂੰ ਤਬਾਹ ਕੀਤਾ ਗਾ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕਾਂ ਨੇ ਪੰਜਾਬ ਨੂੰ ਪਿੱਛੇ ਲੈ ਗਏ ਨੇਗੇ ਸੋ ਉਹਨਾਂ ਨੂੰ ਹੁਣ ਸਬਰ ਕਰਨਾ ਚਾਹੀਦਾ ਥੋੜ੍ਹਾ ਸਮਾਂ ਵੇਟ ਕਰਨਾ ਚਾਹੀਦਾ ਤੁਸੀਂ 2 ਮਹੀਨੇ ਹੋ ਗਏ ਕਰੀਬ ਪੰਜਾਬ ਦੇ ਵਿੱਤ ਮੰਤਰੀ ਬਣੇ ਨੂੰ ਹੁਣ ਤੱਕ ਜਿੰਨੇ 25 ਸਾਲਾਂ ਦੇ ਵਿੱਚ ਵਿੱਤ ਮੰਤਰੀ ਬਣੇ ਆ ਉਹ ਇਹੀ ਕਹਿੰਦੇ ਰਹੇ ਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜਿਹੜੀ ਪੋਜੀਸ਼ਨ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਪੋਜੀਸ਼ਨ ਜਿਹੜੀ ਸੁਧਰ ਜੂਗੀ ਬਿਲਕੁਲ ਪੰਜਾਬ ਦੀ ਪੋਜੀਸ਼ਨ ਸੁਧਰੂਗੀ ਮੈਂ ਤੁਹਾਨੂੰ ਸਪਸ਼ਟ ਕਰਾਂ ਕਿ ਲਗਭਗ 3.25 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਦੇ ਉੱਤੇ ਹੈਗਾ ਔਰ ਉਸ ਕਰਜ਼ੇ ਦਾ ਵਿਆਜ ਦੇਣ ਲਈ ਸਾਨੂੰ ਕਰਜ਼ਾ ਲੈਣਾ ਪੈ ਰਿਹਾ ਔਰ ਪਿਛਲੇ ਸਾਲ 19,000 ਕਰੋੜ ਤੋਂ ਉੱਪਰ ਦਾ ਜਿਹੜਾ ਹੈਗਾ ਉਹ ਵਿਆਜ ਦਿੱਤਾ ਗਿਆ ਔਰ 17,000 ਕਰੋੜ ਰੁਪਈਆ ਪ੍ਰਿੰਸੀਪਲ ਜਿਹੜਾ ਹੈਗਾ ਵਾਪਸ ਕੀਤਾ ਗਿਆ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਹਾਲਾਤ ਕੀ ਨੇ ਪਰ ਲੇਕਿਨ ਅੱਜ ਪੰਜਾਬ ਦੇ ਲੋਕ ਇਮਾਨਦਾਰ ਸਰਕਾਰ ਨੂੰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ